स्वागत है दोस्तों आजाद डेयरी फार्म दे विच। जे किसी वीर ने वीडियो बनानी होवे तां मेरे नंबर नाल संपर्क कर सकदा है। मेरा मोबाइल नंबर 9780205013। आज दी वीडियो दोस्तों पिंड माड़ी मोस्तवा तहसील नूं बागा पाणा पैंदा जिला दोस्तों मोगा रहिंदा। आज दी वीडियो विच बाई कोल दो नग विकाऊ है जिहड़े आपां सामने स्क्रीन ते देख रहे हां। दोनों नग सूए सूए आ। डिटेल आपां प्रोपर बाई तों लवांगे। वीडियो शुरू करन तों पहलां रिक्वेस्ट करांगे जिहड़े वीर ने चैनल सबसक्राइब नहीं कीता चैनल सबसक्राइब कर दिओ ते नाल लगदा घंटी दा बटन भी दबा दिओ ता कि साडी अपडेट तुहाडे तक पहलां पहुंचे ते फेसबुक ते देखण वाले फेसबुक ते फॉलो कर लो। हाँ जी भाई सत श्री अकाल। भाई सत श्री अकाल जी। नाम ते एड्रेस दस दी भाई। नाम भाई अज जिहड़ी वीडियो बना रहे आ भाई ना बैंक च जॉब करदा उहने प्रॉब्लम करके बहु विच ने भी समझदे नहीं बंदा कल्ला है ते पशु तुसीं विखाई दिओ उहने कहा पशु ज्यादे आ भाई कोले ते भाई जॉब करदा फिर बुढ़िया तो इन्ना समझदे नहीं गे तां उहने वेचने आ अपने पिंड दी वीडियो आ पिंड माड़ी मुस्तफा। भाई दा नाम मनदीप सिंह आ काका भी कह दिंदे आ सन ऑफ हर भगवान सिंह। ते भाई जिहड़ी ये वीडियो आ भाई दे भाई आप तां है नहीं गा करे उहने चलो अपना यार बेली आपां ही सौदा करने इन्हां गाइयां दा जिहनूं फिट होवे आ के अगर तसल्ली करके ले जावे क्योंकि भाई दे घरे खड़ियां। ठीक है। हाँ जी भाई इहदी भाई बाई दे दसण मुताबक जिहड़ी आ गां ए इहनूं सूई नूं 2.5 महीने होए आ अपणी अखां सामणे सूई वी आ ਜਾਣੀ ਕਿ ਆਪਾਂ ਆਉਣੇ ਜਾਂਦੇ ਰਹਿੰਦੇ ਹਾਂ ਯਾਰ ਮਿੱਤਰੀ ਆ ਇਹਦੇ ਥੱਲੇ ਦੁੱਧ ਪਹਿਲਾਂ ਸੱਜਰ ਥੱਲੇ ਤਾਂ ਜ਼ਿਆਦੇ ਸੀ ਹੁਣ ਸੇਵਾ ਸੂਗਾ ਹੈ ਨਹੀਂ ਇੰਨੀ ਤੇ 13 ਕੁ ਲੀਟਰ ਦੁੱਧ ਆ ਹੁਣ ਇਹਦੇ ਥੱਲੇ 12 ਮੰਨ ਕੇ ਆ ਜੀ ਕੋਈ ਬਾਈ 12 ਮੰਨ ਕੇ ਹਾਂ ਬਾਈ ਦਾ ਵੀ 12 13 ਲੀਟਰ ਹੈਗਾ ਕਈ ਨਹੀਂ ਕਿਉਂਕਿ ਬਾਈ ਬਾਹਰ ਅੰਦਰ ਉੱਠ ਜਾਂਦਾ ਬੈਂਕ 'ਚ ਲੱਗਿਆ ਕਰਕੇ ਡਿਊਟੀ ਦਾ ਕੰਮ ਆ ਬੁੜੀਆਂ ਹੀ ਪੱਠੇ ਪੁੱਠੇ ਪਾਉਂਦੇ ਆ। ਠੀਕ ਆ ਹਾਂ 12 13 ਲੀਟਰ ਦੁੱਧ ਹੈਗਾ ਬਾਈ ਇਹਦੇ 91 ਸੂਆ ਸੂਈ ਵੀ ਆ ਇਹ ਬਾਈ ਸੂਆ ਤਾਂ ਦੂਜਾ ਜਾਂ ਤੀਜਾ ਹੋਊਗੀ ਬਾਈ ਕੋਲੇ ਬਾਈ ਨੇ ਪਿਛਲੇ ਸੂਏ ਲਈ ਸੀਗੀ ਛੱਜਰ ਨੇ ਚੰਗਣੀ ਕਿ ਬਾਈ 23 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਦਾ। ਹਾਂਜੀ ਪਹਿਲੇ 22 23 ਕਿਲੋ ਦੁੱਧ ਦਿੱਤਾ ਹੁਣ ਇਹਨੂੰ ਸੂਈ ਨੂੰ 2.5 ਮਹੀਨੇ ਹੋਏ ਆ ਸਾਰੇ। ਠੀਕ ਆ ਹਾਂਜੀ ਬਾਈ ਬਾਕੀ ਆਪਾਂ ਖੋਲ ਕੇ ਵਿਖਾ ਦਿੰਦੇ ਹੈ ਠੰਡੀ ਸੀ ਦਾ। ਠੀਕ ਆ ਇਹਦੇ ਮਗਰ ਵੱਛਾ ਸੀਗਾ ਉਹ ਮਤਲਬ 20 25 ਦਿਨ ਤਾਂ ਮੈਂ ਵੇਖਿਆ ਬਾਈ ਕੋਲ ਉਦੋਂ ਬਾਅਦ ਤਾਂ ਡੈਡ ਵੀ ਹੋ ਗਿਆ। ਠੀਕ ਆ ਹਾਂਜੀ ਬਾਈ ਸੇ ਦੋਸਤੋ ਸੂਆ ਤੁਸੀਂ ਦੂਜਾ ਮੰਨ ਲਓ ਤੀਜਾ ਮੰਨ ਲਓ ਹਵਾਨੇ ਤੋਂ ਜੱਜਮੈਂਟ ਤੁਸੀਂ ਲਾ ਲਓ ਵੀ ਦੁੱਧ ਤੁਸੀਂ ਇਹਦਾ ਕਿੰਨਾ ਲੈ ਸਕਦੇ ਹੋ। 12 13 ਲੀਟਰ ਦੁੱਧ ਤਿਆਰ ਆ। ਇੱਕ ਬਾਈ ਇਹਦੇ ਉਹ ਦੱਸਣਾ ਇਹਦੇ ਥਣ ਚ ਨਾ ਸਲਾਈ ਵੱਜੀ ਵੇ ਇਧਰਲੇ ਚ ਯਾਨੀ ਕਿ ਦੁੱਧ ਆਉਂਦਾ ਏ। ਠੀਕ ਆ ਬਾਈ ਨੇ ਦੱਸਿਆ ਸੀ ਆਪਾਂ ਨੂੰ ਵੀ ਦੁੱਧ ਆਉਂਦਾ ਪਰ ਐ ਵੀ ਜਦੋਂ ਚੂਣ ਵਾਲੀ ਹੁੰਦੀ ਆ ਮਾੜੇ ਮੋਟੇ ਤੇ ਉਂਕੇ ਜੇ ਡੈਗਦੇ ਰਹਿੰਦੇ ਆ। ਠੀਕ ਆ ਹਾਂਜੀ ਠੀਕ ਆ ਉਹ ਫਿਰ ਥਣ ਤੈਲਾ ਕੇ ਚੱਲਦਾਗਾ। ਨਹੀਂ ਨਹੀਂ ਉਂ ਚੱਲਦਾ ਯਾਨੀ ਕਿ ਦੁੱਧ ਆਉਂਦਾ ਕੋਈ ਤਿਲ ਮੰਨ ਲੈ ਜੀ ਨਹੀਂ ਤਿਲ ਮੰਨਣੀ ਆ ਬਾਈ। ਠੀਕ ਆ ਇਧਰਲੇ ਕਿਹੜਾ ਥਣ ਹਾਂ ਆ ਥਣ ਆ ਮੂਰਲਾ ਆ ਵੀ ਦੁੱਧ ਵੀ ਆਉਂਦਾ ਆਪਾਂ ਧਾਰਾ ਮਾਰ ਕੇ ਵਿਖਾ ਦਿੰਨੇ ਯਾਨੀ ਕਿ ਦੁੱਧ ਆਉਂਦਾ ਇਹ ਚੋਂ। ਠੀਕ ਬਾਕੀ ਤਿੰਨੇ ਥਣ ਓਕੇ ਆ ਕੋਈ ਭੂਰ ਸ਼ਰਲਾ ਨਹੀਂਗਾ ਆ ਥਣ ਆ ਇਹ ਥਣ ਆ। ਹਾਂ ਜੀ ਕਿਹਨੇ ਤਿਲ ਮੰਨ ਕੇ ਆਉਣਾ ਤਿਲ ਮੰਨ ਕੇ ਆ ਜੂ ਜਦੋਂ ਪਾਸ ਮੇ ਆਉਂਦੀ ਆ ਵਿੱਚ ਬਾਲਟੀ ਦੇ ਦੁੱਧ ਡਿੱਗੀ ਜਾਂਦਾ ਰਹਿੰਦਾ ਬਾਈ ਦੇ ਦਸਮ ਮੁਤਾਬਕ ਵੀ ਦੁੱਧ ਆਉਂਦਾ ਇਹ ਚੋਂ। ਠੀਕ ਆ ਉਹ ਠੰਡੀ ਸੀਲਾ ਉਹ ਠੰਡੀ ਸੀਲਾ ਵੀ ਲਪਲਾਈ ਦੇ ਜੂ ਬਾਈ। ਠੀਕ ਆ ਹਾਂ ਬਾਈ ਦੇ ਬੁੜੀਆਂ ਹੀ ਚੋਂਦੀਆਂ ਉਹ ਜ਼ਿਆਦਾਤਰ ਬੰਦਾ ਤਾਂ ਕੋਈ ਠੰਡੀ ਸੀਲਾ ਆ ਪਿੱਛੋਂ ਵੀ ਦੇਖਾ ਦੇ ਬਾਈ ਲੈ ਬਾਈ ਇਹਨਾਂ ਦਾ। ਠੀਕ ਆ ਦੋਸਤੋ ਹਵਾਨੇ ਤੋਂ ਜੱਜਮੈਂਟ ਲਾ ਲਓ ਵੀ ਕਿੰਨਾ ਕੁ ਦੁੱਧ ਤੁਸੀਂ ਲੈ ਸਕਦੇ ਹੋ ਅੱਗੇ ਤੋਂ ਦੋਸਤੋ ਤੁਹਾਡੀ ਸੇਵਾ ਦਾ। ਹਾਂ ਸੇਵਾ ਦਾ ਬਾਕੀ ਐ ਵੀ ਬਾਈ ਕੋਲੇ ਤਾਂ ਸੇਵਾ ਘੱਟ ਆ ਥੋੜੀ ਜਿਹੀ ਕੋਈ ਚੰਗੀ ਸੇਵਾ ਵਾਲਾ ਲੈ ਜਾਊਗਾ ਇਦਾਂ ਦੀ ਦਿਖਾ ਰਿਹਾ ਤੁਹਾਨੂੰ ਹਵਾਨੇ ਤੇ ਨਾੜਾਂ ਵੀ ਤੁਹਾਨੂੰ ਦੇ ਦਿਆਂ ਹੋਣਗੀਆਂ ਤੇ ਮਿਲਕ ਦੇ ਸੂਈ ਨੂੰ ਗਾਣ ਥੋੜਾ ਟਾਈਮ ਹੀ ਹੋਇਆ। ਠੀਕ ਆ ਤੇ ਕੱਦ ਕੱਟ ਚੈੱਕ ਕਰ ਲਓ ਕੱਦ ਕੱਟ ਵੀ ਬਾਕੀ ਕੱਦ ਕੱਟ ਵੱਡਾ ਕੋਈ ਛੋਟੇ ਕੱਦ ਕੱਟ ਵਾਲੀ ਨਹੀਂ ਬਾਈ ਮੜਾ ਨੇੜੇ ਹੋ ਜੀ ਇੱਕ ਵਾਰੀ ਕੱਦ ਕੱਟ ਦਿਖਾ ਦੇਗੇ। ਹਾਂ ਕੱਦ ਕੱਟ ਵੱਡਾ ਹੀ ਹੈ ਬਾਈ ਦੇ ਕੱਦ ਕੱਟ ਤੋਂ ਵੀ ਅੰਦਾਜ਼ਾ ਲਾ ਲਓ ਇੱਥੋਂ ਮੂੰਹ ਮੱਥੇ ਤੋਂ ਵੀ ਵਹਿੜ ਪਾਣੀ ਆਏ ਵੀ ਥੋੜੀ ਜੀ ਸੇਵਾ ਵਾਲੀ ਭਰੀ ਹੁੰਦੀ ਤਾਂ ਗਾਂ ਦੇਖ ਹੀ ਨਹੀਂ ਦੇਣੀ ਸੀ ਦੂਜਾ ਤੀਜਾ ਬਰੀਡ ਮਾਮਲੇ 'ਚ ਵੀ ਦੋਸਤੋ ਛੋਟਾ ਕੰਨ ਆ ਚੰਗੀ ਆ ਤੇ ਇਹਦਾ ਬਾਈ ਫਿਰ ਮੁੱਲ ਕੀ ਰਹਿਣਾ ਲੱਗਾ। ਮੁੱਲ ਬਾਈ ਨੇ ਬਾਈ 31000 ਰੁਪਿਆ ਕਿਹਾ ਹੈ ਦੱਸਿਆ ਬਾਈ ਨੇ ਲੈਣ ਦੇਣੀ ਕੋਈ ਬਾਹਲਾ ਵੱਡਾ ਬਲਾ ਨਹੀਂਗਾ ਵੀ ਉਹੀ ਬੰਦਾ ਫੋਨ ਕਰੇ ਜਿਹਦੇ ਨੇੜੇ ਤੇੜੇ ਸਮਝ ਆਉਂਦੀ ਮਾਨ ਤਾਂ ਜ਼ਰੂਰ ਕਰ ਦੂਗਾ ਬਾਈ। ਠੀਕ ਆ ਯਾਨੀ ਕਿ 31000 ਰੁਪਿਆ ਬਾਈ ਕਹਿੰਦਾ 31000 ਯਾਨੀ ਕਿ 31 ਚ ਮਾਨ ਤਾਂ ਹਾਂ ਕਿਉਂਕਿ ਫੋਨ ਆਪਾਂ ਨੂੰ ਹੀ ਆਉਣਗੇ ਆਪਾਂ ਹੀ ਇਹਦਾ ਸੌਦਾ ਕਰਨਾ ਕੋਈ ਉਹੋ ਜਿਹਾ ਨੰਬਰ ਬੋਲ ਦੇ ਇੱਕ ਵਾਰੀ ਸੱਚ ਨਾਲ 9501815648 ਇਸੇ ਨੰਬਰ ਤੇ ਬਾਈ ਬਾਈ ਨੇ ਨੰਬਰ ਦੋਸਤੋ ਸਕਰੀਨ ਤੇ ਚੱਲਦਾ ਰਹਿਣਾ ਥੱਲੇ ਪਾਸੇ 31000 ਦੀ ਡਿਮਾਂਡ ਆ ਮਾਨ ਤਾਂ ਤੁਹਾਡਾ ਹੋ ਜਾਊਗਾ ਸੌਦਾ ਲਾਉਣ ਦੀ ਖੇਚਲ ਦੋਸਤੋ ਤੁਹਾਡੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਸੂਈ ਸੂਈ ਚੀਜ਼ ਆ ਦੋਸਤੋ ਭਾਵੇਂ ਦੋ ਡੰਗ ਚੋਲੇ ਤੁਸੀਂ ਅੱਗੇ ਚੱਲਦੇ ਆ ਬਾਈ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਬਾਈ ਬਾਈ ਇਹ ਸਾਈ ਵਾਲਾ ਬਾਈ ਕੋਲੇ ਕਰਾਉਂ ਜੀ। ਠੀਕ ਆ ਹਾਂਜੀ ਤੇ ਇਹਦੀ ਉਹ ਵੱਛੀ ਆ ਬਾਈ ਵੱਛੀ ਵਿਖਾ ਦੇ ਕੋਈ ਸੂਈ ਨੂੰ ਬਾਈ ਦੇ ਦਾ ਸਮਾਂ ਕਿਤਾਬ 22 23 ਦਿਨ ਹੋ ਗਏ ਸੱਜਰ ਸੂਈ ਵੀ ਆ। ਹਾਂ ਸੱਜਰ ਸੂਈ ਠੀਕ ਆ ਵੱਛੀ ਦੋਸਤੋ ਬੜੀ ਪਿਆਰੀ ਆ ਹੋ ਸਕਦਾ 2-4 ਦਿਨ ਇਧਰ ਉਧਰ ਵੀ ਕਿਹੜਾ ਲਿਖੇ ਆ 2-4 ਦਿਨ ਵੱਧ ਘੱਟ ਵੀ ਹੋ ਸਕਦੇ ਆ ਬਾਕੀ ਬੱਚਾ ਸਾਹਮਣੇ ਕੋਈ ਜਿਹਨੂੰ ਸਮਝ ਆਉਂਦੀ ਉਹ ਆਪਦੀ ਉਨੀ ਕੁ ਜੱਜਮੈਂਟ ਕਰ ਲੇ। ਇਹਦੇ ਥੱਲੇ 5 ਲੀਟਰ ਦੁੱਧ ਆ ਬਾਈ 5 ਲੀਟਰ ਦੁੱਧ 2.5 ਕਿਲੋ 2.5 ਇਹ ਵੀ ਇੱਕ ਥਣੋਂ ਤਿੱਲ ਆ ਬਾਈ ਇਹ ਵੀ ਇੱਕ ਥਣੋਂ ਤਿੱਲ ਕਿਹੜੇ ਪਾਸੋਂ ਇਹ ਪਤਾ ਨਹੀਂ ਰਬਾਈ ਨੇ ਦੱਸਿਆ ਤਾਂ ਸੀਗਾ ਹੁਣ ਪਿਛਲੇ ਥਣੋਂ ਆ ਬਾਈ ਸ਼ਾਇਦ। ਠੀਕ ਆ ਇਧਰ ਬਹਿਣੀ ਵਾਲੇ ਪਾਸੇ ਬਹਿਣੀ ਵਾਲੇ ਪਾਸੇ ਪਿਛਲੇ ਥਣੋਂ ਤਿੱਲ ਠੀਕ ਆ ਮੈਂ ਤੋੜ ਕੇ ਦਿਖਾ ਖੋਲ ਕੇ ਵਿਖਾ ਦਿੰਨੀ ਆ। ਠੀਕ ਆ
ਉਹ ਠੰਡੀ ਸੀਲ ਆ ਚੋਣ ਨੂੰ ਇਹ ਵੀ ਬੜੋਂ ਹੀ ਚੋਣਦਾ ਪਰ ਐ ਵੀ ਆਪਣੇ ਤੋਂ ਕਈ ਰੀ ਪਸ ਮੈਂ ਉੱਪਰ ਆ ਜਾ ਮੰਨਦਾ ਠੀਕ ਬਗਾਨੇ ਬੰਦਾ ਖੋਲਦਾ ਤੋਰ ਤੋਰਾ ਦਿਖਾ ਰਿਹਾ ਦੋਸਤੋ ਇਹ ਸ਼ਾਈ ਵਾਲਾ ਇਹ ਸੂਆ ਕਿਨਵਾ ਬਈ ਇਹ ਵੀ ਦੂਜਾ ਸੂਆ ਹੀ ਆ ਬਈ ਦੂਜਾ ਸੂਆ ਹਾਂਜੀ ਠੀਕ ਆ ਸਹੀ ਆ ਦੋਸਤੋ ਦੂਜਾ ਸੂਆ ਸ਼ਾਈ ਵਾਲਾ ਮਗਰ ਇਹਦੇ ਵੱਚੀ ਆ ਹਾਂ ਮਗਰ ਇਹਦੇ ਉਹ ਵੱਚੀ ਆ ਬਈ ਜਿਆਦਾ ਡਿਮਾਂਡ ਰਹਿੰਦੀ ਸੀ ਵੱਚੀ ਵਾਲੀ ਲੈਣੀ ਕਿਹਨੇ ਹਾਂ ਇਹਦਾ ਰੇਟ ਵੀ ਬਾਈ ਨੇ ਜਿਵੇਂ ਜੈ ਜੀ ਰੱਖਿਆ ਠੀਕ ਆ ਇਹ ਵੱਚੀ ਦੋਸਤੋ ਵੱਚੀ ਤੋਂ ਜੱਜਮੈਂਟ ਤੁਸੀਂ ਲਾ ਲਿਓ ਵੀ ਕਿੰਨਾ ਸਮਾਂ ਹੋ ਗਿਆ ਉਹਨੂੰ ਸੂਈ ਨੂੰ ਤੇ ਦੁੱਧ ਤੁਸੀਂ ਦੋ ਡੰਗ ਚੋ ਲੈਣਾਗਾ ਠੀਕ ਆ ਮੀਟ ਤੋਂ ਦਿਖਾਉਣੇ ਇੱਕ ਵਾਰੀ ਤੁਹਾਨੂੰ ਥਣਾ ਦੇ ਸੇ ਪਿਛਲੇ ਸੂਏ ਬਾਈ ਇਹ ਥੱਲੇ ਸੀਗਾ 10 11 ਕਿਲੋ ਦੁੱਧ ਬਾਈ ਦੇ ਦੱਸਣ ਮੁਤਾਬਕ ਠੀਕ ਐਤ ਗਿਆ ਸੇਵਾ ਸੂਆ ਨਹੀਂ ਹੋਈ ਬਾਈ ਕੋਲੇ ਪਸ਼ੂ ਬਾਲੇ ਆ ਤੇ ਜੇ ਕੋਈ ਸੇਵਾ ਵਾਲਾ ਲੈ ਜੂ ਵਾਜੇ ਉਹ ਅਗਲੇ ਦੀ ਕਿਸਮਤ ਆ ਵੀ ਜਾਨੀ ਕਿ ਹੁਣ ਜਿੰਨਾ ਬਾਈ ਕੋਲੇ ਤਿਆਰ ਆ ਬਾਈ ਨੇ ਉਹਨਾਂ ਦੱਸਿਆ 5 ਲੀਟਰ ਠੀਕ ਆ ਟਾਈ ਟਾਈ ਲੀਟਰ ਇਹ ਥੱਲੇ ਤਿਆਰ ਆ 5 ਲੀਟਰ ਦੁੱਧ ਆ ਯਾਨੀ ਕਿ ਦੁੱਧ ਪਿਛਲੇ ਸੂਏ ਜਿਆਦੀ ਐਤ ਕੀ ਸੇਵਾ ਸੂਆ ਨਹੀਂ ਹੋਈ ਬਾਈ ਕੋਲੇ ਪਸ਼ੂ ਜਿਆਦੇ ਸੀਗੇ ਆਹ ਇਹਦੀ ਵੱਚੀ ਆ ਮੌਲੇ ਦਾ ਜੈ ਜੀ ਆ ਬਾਈ ਨੇ 11000 ਰੁਪਇਆ 11000 ਰੁਪਇਆ ਮਾਨਤਨ ਹੋ ਜਾਊਗਾ ਹਾਂ ਮਾਨਤਨ ਹੋ ਜਾਊਗਾ ਬਾਈ ਠੀਕ ਹੈ ਸਹੀ ਹੈ ਦੋਸਤੋ 11000 ਦੋ ਨਾਗ ਆਉਂਦੇ ਦੋਸਤੋ ਵੱਚੀ ਵਾਲੇ ਦੀ ਡਿਮਾਂਡ ਰਹਿੰਦੀ ਹੈ ਕਿਸੇ ਨੇ ਪਾਲਣ ਵਾਲੇ ਵੀਰ ਨੇ ਲੈ ਹਾਂ ਇੰਨੇ ਕਿ ਜਿਹਦਾ ਕੋਈ ਤੋਕੜ ਵੀ ਨਹੀਂ ਦਿੰਦਾ ਬਾਈ ਬਾਈ ਤਾਂ ਉਹ ਹਿਸਾਬ ਨਾਲ ਮਜਬੂਰੀ ਕਰਕੇ ਵੇਚਦਾ ਤੇ ਰੇਟ ਵੀ ਦੋਨੇ ਗਾਈਆਂ ਦੇ ਜੈ ਸੱਜਰ ਸੂਈ ਹੈ ਮਗਰ ਵੱਚੀ ਹੈ ਤੇ ਸੱਜਰ ਦਾ ਮੁੱਲ ਬਾਈ ਨੇ 11000 ਰੱਖਤਾ ਦੋ ਨਾਗਾ ਬਾਈ ਕੋਲੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਤੇ ਵੀਡੀਓ ਬਣਾਉਣ ਦੀ ਜਿਹੜੀ ਤਰੀਕ ਅੱਜ ਹੈਗੀ ਆ 14 ਤਰੀਕ ਤੁਸੀਂ 15 ਤਰੀਕ ਦੇ ਵਿੱਚ ਵੀਡੀਓ ਦੇਖੋਗੇ ਦੋ ਡੰਗ ਚੋ ਸਕਦੇ ਹੋ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ।